ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ ਵੀ ਚਲੋ ਦਾਰੂ ਹੀ ਪੀਤੀ ਆ, ਤੁਹਾਡੇ ਵਾਂਗੂ ਭਰਵੱਟੇ ਤਾਂ ਨਹੀਂ ਮਨਾਏ ਅਸੀਂ। ਜਦੋਂ ਟੈਲੈਂਟ 'ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ, ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ। ਉਹ ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ, ਪਰ ਫਿਰ ਇਹ ਭੁੱਲ ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ, ਨਾਕਾਮ ਨਹੀਂ ਹੋ ਸਕਦੇ। ਕਦੇ ਬਦਨਾਮੀ ਹੁੰਦੀ ਹੈ, ਅਰੇ ਚਾਰ ਵਿਆਹ ਨੇ ਪੰਜਵਾਂ ਵੀ ਕਰਵਾਵਾਂਗੇ, ਦੱਸੋ ਤੁਸੀਂ ਕੀ ਲੈਣਾ ਕਿਸੇ ਤੋਂ। ਸਾਡਾ ਸਿਰਫ ਸਿਰਫ ਗਾਣਿਆਂ ਤੱਕ ਹੈ, ਇੰਟਰਟੇਨਮੈਂਟ ਤੱਕ ਹੈ, ਦੈਟਸ ਇਟ। ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ? ਅੱਜ ਤੱਕ ਦੱਸ ਦਿਓ, ਗਵਾਹੀ ਹੈ। ਲੋਕ ਆਪ ਹੀ ਗਾਣੇ ਗਾ ਕੇ ਆਪ ਹੀ ਨਸ਼ਾ ਛਡਾਊ ਕੇਂਦਰ ਵਾਲੇ ਬਣ ਜਾਂਦੇ ਨੇ, ਹਥਿਆਰਾਂ ਦੀ ਗੱਲ ਕਰਦੇ ਆ, ਮੈਂ ਵੀ ਮੰਨਦਾ ਕਰਦਾ, ਪਰ ਸਾਡਾ ਧਰਮ ਹਥਿਆਰਾਂ ਤੋਂ ਬਿਨਾਂ ਕੀ ਆ? ਠੀਕ ਹੈ ਨਾ ਜੀ, ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਤੁਹਾਡੀ ਸੇਫਟੀ ਲਈ ਹੈ। ਜਦੋਂ ਕਿਸੇ 'ਤੇ ਹਵਾ ਕਰਨ ਲੱਗੇ, ਜਦੋਂ ਮਾੜੀ ਚੀਜ਼ ਆਪਦੇ ਲਈ ਵੀ ਤਾਂ ਦੂਜੇ ਲਈ ਵੀ। ਇਹ ਸਾਡੀਆਂ ਸੋਚਾਂ ਖਰਾਬ ਨੇ ਬਾਈ, ਕਿਸੇ 'ਤੇ ਕੋਈ ਨੁਕਸਾਨ ਨਹੀਂ। ਤੁਸੀਂ ਅੱਜ ਕੱਲ੍ਹ ਇੱਕ ਬੜੀ ਕਾਮਨ ਜੀ ਚੀਜ਼ ਦੇਖਦੇ ਹੋਵੋਗੇ, ਹਥਿਆਰ ਵਾਲੇ ਗਾਣੇ ਹੋ ਗਏ ਜੀ, ਕਲਚਰ ਖਰਾਬ ਹੋ ਗਿਆ। ਇਹ ਕਿਹੋ ਜਿਹਾ ਤੁਸੀਂ ਦੁਨੀਆਦਾਰੀ ਸੁਧਾਰ ਰਹੇ ਹੋ ਵੀ ਗਾਣਿਆਂ ਵੱਲ ਦੇਖ ਰਹੇ ਹੋ, ਉੱਧਰ ਵੈਬ ਸੀਰੀਜ਼ ਬਣ ਰਹੀਆਂ, ਉਹਨਾਂ 'ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ। ਜਿਹੜਾ ਇਹ ਕਹਿੰਦਾ ਵੀ ਮੇਰੇ ਕੋਲ ਮੈਂ ਹਥਿਆਰ ਲੈ ਕੇ ਮੈਂ ਮਾਰਤਾ, ਅਸੀਂ ਕਦੇ ਉਹ ਤਾਂ ਨਹੀਂ ਦਿਖਾਇਆ, ਗਾਲਾਂ ਤਾਂ ਨਹੀਂ ਕੱਢੀਆਂ ਕਿਸੇ ਨੂੰ। ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਹਾਂ, ਸਾਡੇ ਨਾਲ ਤੁਰੋ, ਅਸੀਂ ਗਾਉਣੇ ਬੰਦ ਕਰਦੇ ਹਾਂ, ਲਾਇਸੈਂਸ ਬੰਦ ਕਰੋ, ਹਥਿਆਰ ਰੱਖਣੇ ਬੰਦ ਕਰੋ ਦੇਸ਼ ਦੇ ਵਿੱਚ, ਬੰਦ ਕਰੋ ਸਾਰਾ ਕੁਛ, ਠੇਕੇ ਬੰਦ ਕਰੋ, ਸਾਰਾ ਕੁਛ ਬੰਦ, ਅਸੀਂ ਵੀ ਕਰਦੇ ਹਾਂ। ਤੁਹਾਡਾ ਸੈਂਸਰ ਬੋਰਡ ਬੰਦ ਕਰੋ, ਜਿਹੜਾ ਸੈਂਸਰ ਕਰਕੇ ਭੇਜ ਦੇ ਵੀ ਆ ਗਾਦੇ, ਉਦੋਂ ਤੁਹਾਡੇ ਉਹ ਤਾਂ ਪਾਸ ਕਰਕੇ ਭੇਜਣੇ, ਇੱਥੇ ਤੁਸੀਂ ਕਾਗਜ਼ਾਂ 'ਤੇ ਫੋਰਮੈਲਿਟੀ ਨੰਬਰ ਕੁੱਟਣ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਤੋਂ। ਨਾਲੇ ਇੱਕ ਇੱਕ ਸੋਚ ਹੈ, ਆਹ ਮੁੱਠੀ ਵਾਂਗੂ ਸੋਚ ਲੋਕਾਂ ਦੀ ਜੁੜੀ ਹੋਈ ਹੈ। ਮੈਂ ਵੀਰੇ 6ਵੀਂ ਕਲਾਸ ਤੋਂ ਗਾਣੇ ਸੁਣ ਰਿਹਾ ਹਥਿਆਰਾਂ ਵਾਲੇ, ਕਾਲਿਆਂ ਦੇ ਗਾਣੇ। ਮੈਂ ਕਦੇ ਕੁਛ ਨਹੀਂ ਕੀਤਾ, ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰ, 6.5 ਪਿੰਡ ਆਈਲੈਸ ਦੇ ਵਿੱਚੋਂ ਕੈਨੇਡਾ ਗਿਆ, ਫਿਰ ਗਾਇਕੀ 'ਚ ਆਇਆ। ਮੈਂ ਕਦੇ ਕਿਸੇ ਦੀ ਗੋਲੀ ਨਹੀਂ ਮਾਰੀ, ਕਿਉਂ ਨਹੀਂ ਮਾਰੀ? ਕਿਉਂਕਿ ਮੇਰੇ ਮਾਪੇ ਮੈਨੂੰ ਸਮਝਾਉਂਦੇ ਸੀ ਵੀ ਪੁੱਤ ਆਹ ਤੇਰਾ ਚੰਗਾ, ਆਹ ਤੇਰਾ ਮਾੜਾ, ਆਪਣੇ ਕੋਲ ਇੰਨੇ ਕੁ ਪੈਸੇ ਆ, ਇੰਨੀ ਕੁ ਜ਼ਮੀਨ ਆ, ਤੂੰ ਆਹ ਕੰਮ ਕਰਨਾ, ਆਹ ਕੰਮ ਨਹੀਂ ਕਰਨਾ, ਜੇ ਤੂੰ ਆਹ ਕੰਮ ਕੀਤਾ ਤਾਂ ਤੇਰੇ 'ਤੇ ਆਹ ਬੈਡ ਇਫੈਕਟ ਪਊ, ਜੇ ਤੂੰ ਆਹ ਚੰਗਾ ਕੀਤਾ ਤਾਂ ਤੇਰੇ ਲਈ ਆਹ ਚੰਗਾ ਹੋ ਜੂ। ਉਹ ਜਦੋਂ ਤੁਸੀਂ ਆਪਦੇ ਜਵਾਕਾਂ ਨੂੰ ਕੁਛ ਦੱਸਣਾ ਹੀ ਨਹੀਂ, ਫਿਰ ਆਪਾਂ ਲੋਕਾਂ 'ਤੇ ਕਿਉਂ ਥੋਪ ਰਹੇ ਹਾਂ ਵੀ ਤੁਸੀਂ ਖਰਾਬ ਕਰਤੇ ਜਵਾਕ? ਮੇਰੇ ਵੀਰਿਓ, ਜੇ ਕੋਈ ਕਿਸੇ ਦਾ ਘੋੜਾ ਪੁੱਤ ਦੱਬਦਾ ਨਾ, ਜਾਂ ਤਾਂ ਉਹਦੇ ਹਾਲਾਤ ਇਹੋ ਜਿਹੇ ਹੁੰਦੇ ਨੇ, ਜਾਂ ਉਹਦੀ ਸਿੱਖਿਆ ਇਹੋ ਜਿਹੀ ਹੁੰਦੀ ਹੈ। ਕਦੇ ਕੋਈ ਕਿਸੇ ਤੋਂ ਕਹਿ ਕੇ ਕੁਛ ਨਹੀਂ ਕਰਵਾਉਂਦਾ ਕਿਸੇ ਨੂੰ, ਇਹ ਦੂਜਿਆਂ 'ਤੇ ਥੋਪਣਾ ਬੰਦ ਕਰੋ। ਇੱਥੇ ਵੀ ਬੜੇ ਬੱਚਿਆਂ ਦੇ ਮਾਂ ਪਿਓ ਆਏ ਹੋਣਗੇ, ਉਹਨਾਂ ਦੀ ਇਹ ਜ਼ਿੰਮੇਵਾਰੀ ਆਪਣੇ ਜਵਾਕਾਂ ਨੂੰ ਸਮਝਾਉਣ ਵੀ, ਪੁੱਤ ਆਹ ਤੇਰਾ ਚੰਗਾ, ਆਹ ਤੇਰਾ ਮਾੜਾ, ਜੇ ਤੂੰ ਆਹ ਮਾੜਾ ਕਰੇਗਾ ਤੇਰੇ ਨਾਲ ਆਹ ਮਾੜਾ ਹੋਊਗਾ। ਠੀਕ ਹੈ ਨਾ ਜੀ, ਧੱਕਾ ਤਾਂ ਕਰ ਲਾਂਗੇ, ਇਹੀ ਤਾਂ ਆਉਂਦਾ। ਜੇ ਮੈਂ 2-3 ਨੂੰ ਹੁਣ ਗਾਲਾਂ ਕੱਢੀਆਂ ਹੁੰਦੀਆਂ ਨਾ, ਮਿੰਟ 'ਚ ਕਹਿ ਦੇਣਾ ਸੀ ਤਾੜੀਆਂ ਮਾਰੀ ਸੀ, ਅੱਜ ਸਹੀ ਗੱਲ ਕਰਦਾ, ਕਿਸੇ ਨੇ ਤਾੜੀ ਨਹੀਂ ਮਾਰੀ। ਉਹ ਤਾੜੀ ਮਰਵਾਉਣ ਨੂੰ ਨਹੀਂ ਕਹਿ ਰਿਹਾ, ਮੈਂ ਇਹ ਕਹਿਣਾ ਵੀ ਜੇ ਤੁਹਾਨੂੰ ਤੁਹਾਡੇ ਭਰਾ ਦੀ ਕੋਈ ਗੱਲ ਸਹੀ ਲੱਗਦੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਮੇਰਾ ਵੀਰ,